ਜਕਸੇ ਦੇਖ ਰਹੇ ਦੋਸਤੋ ਮਿੱਤਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਸਮੇਂ 'ਚ ਚੋਣਾਂ ਆਉਣ ਵਾਲੀਆਂ ਅਤੇ ਉਸ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਵੀ ਵੱਧ ਦਿੱਤੀਆਂ ਗਈਆਂ ਜੀ। ਅਗਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਇਹ ਲਗਾਤਾਰ ਹੁਣ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਜਿਵੇਂ ਪਿਛਲੇ ਦਿਨੀ ਸਰਦਾਰ ਦਰਸ਼ਨ ਸਿੰਘ ਬਰਾੜ ਦੇ ਸਾਬਕਾ ਮੰਤਰੀ ਦੇ ਸਾਬਕਾ ਵਾਹਗਾ ਵਿਧਾਇਕ ਹੈ ਕਿ ਉਹਨਾਂ ਵੱਲੋਂ ਵੀ ਦੁਬਾਰਾ ਐਂਟਰੀ ਮਾਰੀ ਗਈ ਹੈ ਅਤੇ ਉਹਨਾਂ ਨੇ ਉਸ ਦਿਨ ਕਿਹਾ ਸੀਗਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਧਮਾਕਾ ਕਰਾਂਗੇ ਅਤੇ ਅੱਜ ਇਹਨਾਂ ਨੇ ਦੁਬਾਰਾ ਪ੍ਰੈਸ ਮੀਟਿੰਗ ਬੁਲਾਈ ਆ। ਪੁੱਛਦੇ ਹਾਂ ਵੀ ਇਹਨਾਂ ਦਾ ਆਉਣ ਵਾਲਾ ਪ੍ਰੋਗਰਾਮ ਕੀ ਹੈ ਬਰਾੜ ਸਾਹਿਬ, ਕੀ ਪ੍ਰੋਗਰਾਮ ਆ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਆਉਣ ਵਾਲਾ ਪ੍ਰੋਗਰਾਮ ਸਰਦਾਰ ਜੀ ਹੈ ਵੀ ਅਸੀਂ ਆਉਣ ਸਾਡੇ ਸਰਕਾਰ ਜੋ ਪ੍ਰਧਾਨ ਜੋ ਰਾਜਾ ਬਣੇਗਾ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ, ਉਹ ਬੰਦਾ ਬਹੁਤ ਐਕਟਿਵ ਹੈ, ਉਹ ਟਿਕ ਕੇ ਨਹੀਂ ਬਹਿ ਸਕਦਾ। ਉਹਨੇ ਹੁਣ ਕੀਤਾ ਵੀ ਜਿਹੜੇ ਪੰਜਾਬ ਦੇ ਲੋਕ ਆਮ ਆਪਣੇ ਜਿਹੜੀ ਆਪ ਜੀ ਸਰਕਾਰ ਹੈ ਇਹਨਾਂ ਦੇ ਬੰਦੇ ਬਿਨਾਂ ਕਿਸੇ ਗੱਲ ਤੋਂ ਲੁੱਟਾਂ ਖੋਹ ਕਰਦੇ ਆ, ਘਰ ਲੁੱਟ ਲੈਂਦੇ ਆ, ਬੰਦੇ ਤੁਰੇ ਲੁੱਟ ਲੈਂਦੇ ਆ, ਗੱਡੀਆਂ ਖੋਹ ਲੈਂਦੇ ਆ, ਕਿਤੇ ਟਰੈਕਟਰ ਖੋਹ ਲੈਂਦੇ ਆ, ਕਿਤੇ ਮੋਟਰਸਾਈਕਲ ਖੋਹ ਲੈਂਦੇ ਆ, ਕਿਹਦੀ ਗੱਡੀ ਖੋਹ ਲੈਂਦੇ ਆ। ਜਾਂ ਜੀ ਇੰਨੀ ਲੁੱਟ ਖੋਹ ਦੀ ਭਰਮਾਰ ਹੋ ਗਈ ਗਿਣਤੀ ਨਹੀਂ ਕਰ ਸਕਦੀ। ਤੁਸੀਂ ਰੋਜ਼ ਪੱਤਰਕਾਰ ਤੁਸੀਂ ਜਾਂਦੇ ਹੋ, ਉਹਨੇ ਤੁਹਾਨੂੰ ਸਭ ਦਾ ਪਤਾ ਇਸ ਗੱਲ ਦਾ ਕਿ ਕਿੰਨਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਕਰਤਾ। ਹੁਣ ਥੋੜ੍ਹੇ ਦਿਨਾਂ 'ਚ ਬੰਦੇ ਨੂੰ ਮਾਰਨ ਲੱਗੇ ਕਿ ਮਿੰਟ ਲਾਉਂਦੇ ਆ, ਇਹ ਲੁੱਟਣ ਲੱਗੇ ਕਿ ਮਿੰਟ ਲਾਉਂਦੇ, ਇੱਥੋਂ ਬੁੜੀਆਂ ਬੰਦੇ ਰੋਂਦੇ ਤਿਕਰ ਲਾਉਂਦੇ ਦੇਖਦੇ, ਤੁਸੀਂ ਦੇਖਦੇ, ਤੁਸੀਂ ਵੀ ਦੇਖਦੇ ਹੋਵੋਗੇ, ਅਸੀਂ ਵੀ ਦੇਖਦੇ ਹਾਂ ਰੋਜ਼ ਬੰਦੇ ਰੋਂਦਿਆਂ ਕਰਲਾਉਂਦਿਆਂ ਨੂੰ। ਇਸ ਕਰਕੇ ਉਸ ਦੇ ਸੰਬੰਧ ਵਿੱਚ ਅਸੀਂ ਧਰਨਾ ਮਾਰਨਾ ਕੱਲ੍ਹ ਨੂੰ ਆਪਣੀ DSP ਦਫ਼ਤਰ ਦੇ ਮੂਹਰੇ ਵੀ ਆਪਣਾ ਲਾਉਣ ਦੀ ਸਥਿਤੀ ਠੀਕ ਰੱਖੋ, ਲੋਕਾਂ ਨੂੰ ਜਾਨ ਮਾਲ ਦੀ ਰਾਖੀ ਕਰੋ, ਤੁਹਾਡਾ ਹੱਕ ਬਣਦਾ, ਤੁਸੀਂ ਪੰਜਾਬ ਦੇ ਆਪਣਾ ਮੁਲਾਜ਼ਮਾਂ ਅਫਸਰਾਂ ਵੱਡੇ, ਤੁਸੀਂ ਲੋਕਾਂ ਦੀ ਰਾਖੀ ਕਰਨ ਹੱਕ ਤੁਹਾਡਾ ਬਣਦਾ, ਹੱਕ ਬਣਦਾ। ਇਸ ਕਰਕੇ ਅਸੀਂ ਭਾਈ ਕੱਲ੍ਹ ਨੂੰ ਧਰਨਾ ਮਾਰ ਰਹੇ ਹਾਂ, ਆਹ ਸਾਡਾ ਧਰਨੇ ਸੰਬੰਧ ਆ ਰਿਹਾ। ਅਤੇ ਜਿਹੜੀ ਇਹ ਤੁਹਾਡੇ 'ਚ ਗਰੁੱਪਬਾਜ਼ੀ ਹੈਗੀ ਆ, ਉਹ ਫਿਰ ਉਹ ਧਰਨੇ ਦੇ ਵਿੱਚ ਇਕੱਠੀ ਰਹੂਗੀ ਜਾਂ ਵੱਖਰਾ ਵੱਖਰਾ? ਉਹ ਜਾਣਕਾਰ ਦੀ ਗਰੁੱਪਬਾਜ਼ੀ ਆ, ਉਹ ਮੈਨੂੰ ਆਖਿਆ ਹੀ ਆਪਣੇ ਪ੍ਰਧਾਨ ਨੇ ਸਾਡੇ ਨੇ ਆਪਣੇ ਨੇ ਆਪਣੇ ਰਾਜਾ ਬਰਿੰਗ ਜੀ ਨੇ ਵੀ ਦਰਸ਼ਨ ਬੜਾ ਧਰਨਾ ਮਾਰਨਾ ਭਾਈ, ਤੇ ਤਕੜਾ ਹੋਵੇ ਧਰਨਾ ਮਾਰੋ, ਤੇਰਾ ਪਹਿਲਾ ਧਰਨਾ ਤਾਂ ਚੱਕ ਦੇ ਕੰਮ ਕਰਿਆ। ਮੈਂ ਠੀਕ ਹੈ ਜੀ ਗੱਲ, ਉਹ ਉਹਨਾਂ ਨੂੰ ਵੀ ਕਹਿਦਾ ਹੋਊਗਾ, ਮੈਂ ਝੂਠ ਮਾਰਦੇ ਨੂੰ ਧੰਨਵਾਦ ਚਾਹੀਦਾ ਤੇ ਸੀ ਮੈਨੂੰ ਮਿਲ ਲੈਂਦੇ ਵੀ ਆਪਾਂ ਬੜਾ ਕਿਸੇ ਧਰਨਾ ਮਾਰ ਲੈਂਦੇ ਹਾਂ। ਕਿੰਨੇ ਵਜੇ ਦਾ ਪ੍ਰੋਗਰਾਮ ਆ? 10 ਵਜੇ ਦਾ, 10 ਤੋਂ 12 ਦੋ ਘੰਟੇ ਲਾਉਣੇ ਬਸ, 9 ਵਜੇ ਸੱਦੇ ਸੱਦੇ ਬੰਦੇ, 9 ਤੋਂ 12 ਵਜੇ ਦਿਨ ਬੈਠੇ ਬਸ। ਇਹ ਗੱਲ ਹੋਰ ਜਿਹੜੀ ਗੱਲ ਕਰਨ ਵਾਲੀ ਆ, ਕੱਲ੍ਹ ਪਰਸੋਂ ਚੋਣ ਹੋਈ ਸ਼ੇਰੀ ਦੀ ਅਤੇ ਰੋਂਦੇ ਕਰਾਉਂਦੇ ਇਹਨਾਂ ਨੇ, ਉਹ ਚੋਣ ਆਪ ਕਰਦੇ ਆਪਣਾ ਆਪਦੇ ਬੰਦੇ ਬਣਾ ਨਹੀਂ ਸਕੇ, ਦੂਜੀ ਪਾਸੇ ਕਾਗਜ਼ ਨਹੀਂ ਫੜੇ। ਮੈਂ ਆਪਦੇ ਬੰਦਿਆਂ ਨੂੰ ਕਹਿੰਦਾ, ਸਰਪੰਚਾਂ ਨੂੰ ਕਹਿਣਾ ਚਾਹੁੰਦਾ, ਕਮੇਟੀ ਦੇ ਪ੍ਰਧਾਨਾਂ ਨੂੰ ਕਹਿਣਾ ਚਾਹੁੰਦਾ ਵੀ ਮੈਂ ਹੁਣ ਤੰਦਰੁਸਤ ਹਾਂ ਪੂਰਾ, ਨਾ ਕਿਸੇ ਸਰਪੰਚ ਦੇ ਕਾਗਜ਼ ਕੱਟਣ ਦੇਵਾਂ, ਨਾ ਕਿਸੇ ਸ਼ਹਿਰੀ ਚੋਣ ਇਸ ਤਰ੍ਹਾਂ ਹੋਣ ਦੇਵਾਂ। ਮੈਂ ਸ਼ਹਿਰੀਆਂ ਚੋਣਾਂ ਵੀ ਵਧੀਆ ਪਾਰਦੰਗ ਨਾਲ ਕਰਾਵਾਂਗੇ, ਪੰਚਾਇਤ ਦਾ ਇਲੈਕਸ਼ਨ ਵੀ ਪਾਰਦੰਗ ਨਾਲ ਕਰਾਵਾਂਗੇ, ਕਿ ਜ਼ਰੂਰਤ ਨਹੀਂ ਕਿਸੇ ਬੰਦੇ ਦੀ ਕਿ ਤੁਹਾਨੂੰ ਆ ਕੇ ਧੱਕੇ ਨਾ ਕਰਕੇ ਤੁਹਾਡੇ ਕਾਗਜ਼ ਪਾਰ ਦੇਵੇ, ਜਾਂ ਧੱਕੇ ਨਾ ਕੇ ਤੁਹਾਡੇ ਕਾਗਜ਼ ਆਪ ਭਰ ਦੇਵੇ ਆਪਦੇ ਆਪਦੇ। ਇਹ ਗੱਲ ਮੈਂ ਸਾਰੇ ਆਪਦੇ ਹਲਕੇ ਨੂੰ ਕਹਿਣਾ ਚਾਹੁੰਦਾ, ਤਕੜੇ ਹੋਵੋ, ਤਕੜੇ ਹੋ ਕੇ ਆਪਾਂ ਬਲਾਕ ਸਮਿਤੀ ਵੀ ਜਿੱਤਣੀ ਹੈ, ਸਰਪੰਚੀ ਵੀ ਜਿੱਤਣੀ, ਸਾਰੀ ਆਪਾਂ ਕਬਜ਼ਾ ਕਰਨਾ, ਫਿਰ ਪਾ ਕੇ ਪੈਣੇ ਹਲਕੇ ਸਾਰੇ 'ਤੇ, ਫਿਰ ਡਿਵੈਲਪਮੈਂਟ ਕਰਾਉਣੀ ਅੱਗੇ ਆਊਂ, ਜਿਵੇਂ ਅੱਗੇ ਮੈਂ ਡਿਵੈਲਪਮੈਂਟ ਕਰਾਈ ਸੀ 5 ਸਾਲਾਂ 'ਚ, ਉਹ ਤੋਂ ਵੱਧ ਡਿਵੈਲਪਮੈਂਟ ਕਰਾ ਕੇ ਦਊਂ ਤੁਹਾਨੂੰ, ਉਦੋਂ ਵੱਧ ਵੀ। ਇਸ ਤਰ੍ਹਾਂ ਹੁਣ ਤਕੜੇ ਹੋ ਕੇ ਲੱਗੋ ਇਸ ਗੱਲ ਉਹਨਾਂ ਨੇ। ਮੈਂ ਸਾਰੇ ਬਾਘੇ ਮੈਂ ਹਲਕੇ ਨੂੰ ਮੇਰੀ ਗੱਲ ਬੇਨਤੀ ਕਰਦਾ ਵੀ ਜਦੋਂ ਤੁਹਾਡੇ ਨਗਰ 'ਚ ਚੋਣ ਹੋਵੇ ਸ਼ਹਿਰੀ ਦੀ ਤਾਂ ਮੈਨੂੰ ਜ਼ਰੂਰ ਸਲਾਹ ਦਿਓ,
ਸਾਡੀ ਚੋਣ ਆ ਸ਼ਹਿਰੀ ਦੀ ਭਾਈ, ਜੇ ਉੱਠਦਾ ਮੇਰੀ ਸਲਾਹ ਦੇ ਕੇ ਧੱਕਾ ਉੱਠਣਾ ਫਿਰ ਮੈਂ ਜ਼ਿੰਮੇਵਾਰ ਹਾਂ ਭਾਈ। ਜੇ ਮੈਨੂੰ ਦੱਸ ਬਿਨਾਂ ਚਲਾ ਦਿਉ ਚੋਣ ਕਰਾ ਦਿਉ, ਮੈਨੂੰ ਕੋਈ ਪਤਾ ਲੱਗਿਆ ਫਿਰ ਮੇਰੇ ਵੱਸ ਦੀ ਗੱਲ ਸੀਗੀ ਉਹ। ਮੈਂ ਤੁਹਾਡੇ ਵਾਸਤੇ ਜਾਨ ਮੇਰੀ ਹਾਜ਼ਰ ਹੈ, ਸਰਪੰਚੀਆਂ ਤੁਹਾਨੂੰ ਜਿਤਾਊਂਗਾ, ਸਰਪੰਚ ਬਣਾਉਂ ਤੁਹਾਡੇ ਸਾਰੇ ਸਾਰੇ ਤੁਹਾਡੀ ਕਮੇਟੀਆਂ 'ਚ ਮੁਕਾਬਲਾ ਕਰਾਊਂਗਾ, ਲੇਕਿਨ ਮੇਰੇ ਨਾਲ ਮਿਲ ਕੇ ਚੱਲੋ ਮੇਰੇ ਨਾਲ। ਦਰਸ਼ਕੋ, ਲੱਛਣ ਸਿੰਘ ਬਰਾੜ ਨੇ ਦੁਬਾਰਾ ਬੜਕ ਮਾਰ ਦਿੱਤੀ ਹੈ ਕਿ ਇਹ ਜਿਹੜੀ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਹੁੰਦੀ ਸੀਗੀ ਅਤੇ ਹੁਣ ਇਹਨਾਂ ਨੇ ਫਿਰ ਆਖ ਦਿੱਤਾ ਹੈਗਾ ਵੀ ਆਉਣ ਵਾਲੀਆਂ ਸਰਪੰਚੀਆਂ ਜਿਹੜੀਆਂ ਵੀ ਅਸੀਂ ਜਿੱਤਾਂਗੇ ਅਤੇ ਕਬਜ਼ੇ ਵੀ ਕਰਾਂਗੇ, ਅਤੇ ਹੁਣ ਦੇਖੋ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਊਗਾ। ਅਤੇ ਪਰ ਜਿਹੜਾ ਕੱਲ੍ਹ ਦੇ ਧਰਨੇ ਲੈ ਕੇ ਵੀ ਇਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਵੀ ਜਿਹੜਾ ਕੱਲ੍ਹ ਨੂੰ ਜਿਹੜਾ ਵੱਡਾ ਧਰਨਾ ਬਾਘਾ ਪੁਰਾਣਾ DSP ਦਫ਼ਤਰ ਲਾਇਆ ਜਾ ਰਿਹਾ ਹੈਗਾ, ਅਤੇ ਕਿਸ ਤਰ੍ਹਾਂ ਦਾ ਕੱਲ੍ਹ ਨੂੰ ਪ੍ਰੋਗਰਾਮ ਰਹੂਗਾ ਉਹ ਵੀ ਤੁਹਾਨੂੰ ਲਾਈਵ ਤੁਸੀਂ ਰਾਹੀਂ ਵਿਖਾਉਂਦੇ ਰਹਾਂਗੇ। ਕੈਮਰਾਮੈਨ ਨਰਮਲ ਸਿੰਘ ਦਾ ਨਾਮ ਤਰਲੋਚਨ ਸਿੰਘ ਬਰਾੜ, ਬਾਘਾ ਪੁਰਾਣਾ।